ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸ਼ਾਹੀ ਪਨੀਰ। ਉਹਦੇ ਲਈ ਲਵਾਂਗੇ ਤੇਲ, ਤੇਲ ਦੇ ਵਿੱਚ ਥੋੜ੍ਹਾ ਜਿਹਾ ਜੀਰਾ, ਥੋੜ੍ਹੀ ਦੇਰ ਗਰਮ ਹੋਣ 'ਤੇ ਹਰੀ ਮਿਰਚ, ਲਸਣ, ਅਦਰਕ, ਇਹਨੂੰ ਥੋੜ੍ਹਾ ਜਿਹਾ ਭੁੰਨਾਂਗੇ। ਪਿਆਜ਼ ਮਿਕਸ ਕਰਾਂਗੇ, ਥੋੜ੍ਹਾ ਜਿਹਾ ਬਰਾਊਨ ਹੋਣ ਤੱਕ ਇਹਨੂੰ ਭੁੰਨਾਂਗੇ। ਭੁੰਨੇ ਹੋਏ ਮਸਾਲੇ ਦਾ ਆਪਾਂ ਪੇਸਟ ਬਣਾਵਾਂਗੇ। ਆਪਣਾ ਪੇਸਟ ਬਣ ਕੇ ਤਿਆਰ ਹੈ। ਹੁਣ ਕਾਜੂ ਦਾ ਪੇਸਟ ਬਣਾਉਣ ਲਈ ਥੋੜ੍ਹਾ ਜਿਹਾ ਗਰਮ ਪਾਣੀ ਲਵਾਂਗੇ। ਕਾਜੂ ਦਾ ਪੇਸਟ ਤਿਆਰ ਹੈ। ਹੁਣ ਆਪਾਂ ਕੜਾਈ ਦੇ ਵਿੱਚ ਥੋੜ੍ਹੇ ਜਿਹੇ ਤੇਲ ਦੇ ਨਾਲ ਬਟਰ ਲਵਾਂਗੇ। ਹੁਣ ਆਪਾਂ ਲਵਾਂਗੇ ਇੱਕ ਤੇਜ਼ ਪੱਤਾ, ਇੱਕ ਵੱਡੀ ਇਲਾਇਚੀ, ਦੋ ਸੁੱਕੀਆਂ ਲਾਲ ਮਿਰਚ। ਥੋੜ੍ਹਾ ਜਿਹਾ ਗਰਮ ਹੋਣ ਤੋਂ ਬਾਅਦ ਆਪਾਂ ਪੀਸਿਆ ਹੋਇਆ ਪੇਸਟ ਇਹਦੇ ਵਿੱਚ ਪਾਵਾਂਗੇ। ਹੁਣ ਇਹਨੂੰ ਥੋੜ੍ਹਾ ਜਿਹਾ ਬਰਾਊਨ ਹੋਣ ਤੱਕ ਭੁੰਨਾਂਗੇ। ਹੁਣ ਲਵਾਂਗੇ ਆਪਾਂ ਟਮਾਟਰ ਦੀ ਗ੍ਰੇਵੀ। ਇਹਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਲਵਾਂਗੇ ਕਾਜੂ ਦਾ ਪੇਸਟ। ਇਸ ਤੋਂ ਬਾਅਦ ਆਪਾਂ ਨੂਣ ਮਿਰਚ ਮਸਾਲਾ ਹਲਦੀ ਆਪਣੇ ਅਨੁਸਾਰ ਲਵਾਂਗੇ। ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ। ਭੁੰਨਣ ਤੋਂ ਬਾਅਦ ਹੁਣ ਆਪਾਂ ਲਵਾਂਗੇ ਕਰੀਮ। ਹੁਣ ਆਪਾਂ ਥੋੜ੍ਹੀ ਦੇਰ ਢੱਕ ਕੇ ਪਕਾਵਾਂਗੇ। 15-20 ਮਿੰਟ ਪੱਕਣ ਤੋਂ ਬਾਅਦ ਹੁਣ ਆਪਾਂ ਲਵਾਂਗੇ 1 ਚਮਚਾ ਸ਼ੂਗਰ। ਹੁਣ ਆਪਾਂ ਲਵਾਂਗੇ ਕੱਟਿਆ ਹੋਇਆ ਪਨੀਰ। ਪਨੀਰ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਢੱਕ ਕੇ ਪਕਾਵਾਂਗੇ। ਪੱਕਣ ਤੋਂ ਬਾਅਦ ਹੁਣ ਆਪਾਂ ਲਵਾਂਗੇ ਥੋੜ੍ਹੀ ਜਿਹੀ ਕਸੂਰੀ ਮੇਥੀ। ਕਸੂਰੀ ਮੇਥੀ ਪਾਉਣ ਤੋਂ ਬਾਅਦ ਆਪਾਂ ਇਹਨੂੰ 5 ਮਿੰਟ ਲਈ ਪਕਾਵਾਂਗੇ। ਆਪਣਾ ਸ਼ਾਹੀ ਪਨੀਰ ਬਣ ਕੇ ਤਿਆਰ ਹੈ ਜੀ। ਮੇਰੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਐਂਡ ਲਾਈਕ ਜ਼ਰੂਰ ਕਰਿਓ। ਥੈਂਕ ਯੂ ਸੋ ਮੱਚ।